ਸ਼ਾਂਤੀਪੂਰਵਕ ਮੱਥਾ ਟੇਕ ਕੇ ਦੀਵਾਨ ਵਿੱਚ ਸੱਜਣ ਦੀ ਕੋਸ਼ਿਸ਼ ਕਰੋ। ਜਿੰਨੀਆਂ ਸੰਗਤਾਂ ਬਾਹਰ ਵੀ ਹਨ, ਇਸੇ ਤਰ੍ਹਾਂ ਹੀ ਹੌਲੀ ਹੌਲੀ ਅੰਦਰ ਆ ਕੇ ਸੱਜਣ ਦੀ ਕਿਰਪਾਲਤਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਜੋ ਜਾਏ
Ah!
Satya Vapar.
मन तन नाम जपो ਮਾੜਾ ਜਿਹਾ ਕਰੋ ਵਪਾਰੀ।
ਸਤਿਕਾਰਯੋਗ ਸਤਸੰਗ ਜੀਓ, ਅੱਜ ਆਪਾਂ ਸਾਰੇ ਹੀ 300 ਸਾਲਾ ਗੁਰਗੱਦੀ ਦਿਵਸ ਮਨਾ ਰਹੇ ਹਾਂ। ਪਾਤਸ਼ਾਹ ਨੇ ਪਾਕ ਬਖਸ਼ਿਸ਼ ਕੀਤੀ ਹੈ। ਆਓ ਹੁਣ ਅੰਤ ਵਿੱਚ ਸਾਰੇ ਹੀ ਪਾਤਸ਼ਾਹ ਦਾ ਸ਼ੁਕਰ ਸ਼ੁਕਰਾਨਾ ਕਰਦੇ ਹੋਏ ਹਾਂ। ਸ਼ਬਦ ਸਰਮ ਕਹੀਏ, ਦੇਹੇ ਸ਼ਿਵਾ ਵਾਲ ਮੋਹ ਇਹ ਹੈ, ਸ਼ੁਭ ਕਰ ਮਨ ਤੇ ਕਬ ਹੂੰ, ਨਾ ਡਰੂੰ ਨਾ ਡਰੂੰ, ਅਰਸੋਂ ਜਬ ਜਾਏ ਲਰੋਂ, ਨਿਸ਼ਚੈ ਕਰ ਆਪਣੀ ਜੀਤ ਕਰੋਂ। ਇਹ ਸ਼ਬਦ ਤੋਂ ਉਪਰ ਸਮਾਪਤੀ ਹੈ। ਆਓ ਸਾਰੇ ਹੀ ਪਾਤਸ਼ਾਹ ਅੱਗੇ ਨਾਲ ਜਕਾਰੇ ਬੁਲਾਉਣੇ ਹਨ। ਪਤਾ ਲੱਗੇ ਕਿ ਆਪਾਂ 300 ਸਾਲਾਂ ਦਿਵਸ ਮਨਾ ਰਹੇ ਹਾਂ। ਆਓ ਸਾਰੇ ਹੀ ਮਿਲ ਕੇ ਪਾਤਸ਼ਾਹ ਅੱਗੇ ਬੇਨਤੀ ਹੈ।
ਪਾਤਸ਼ਾਹ ਬਖਸ਼ਿਸ਼ ਕਰਨ, ਕਿਰਪਾ ਕਰਨ, ਗੁਰੂ ਕੀ ਸੰਗਤ ਨੂੰ ਇਸੇ ਤਰ੍ਹਾਂ ਨਾਮ ਬਾਣੀ ਨੂੰ ਜੋੜੀ ਰੱਖਣ। ਆਓ ਹੁਣ ਗੱਜ ਵੱਜ ਕੇ ਫਲਦਾਰ ਵਾਪਤੇ ਵਿੱਚ ਦੇਈਏ ਭੁੱਲਾਂ ਚੁੱਪਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।